कमाइया तेरिया कमाइया तेरिया कमाइया तेरिया कमाइया तेरिया कमाइया तेरिया कमाइया तेरिया मेरे बाबा जी कमाइया तेरिया मेरे बाबा जी कमाइया तेरिया बाबा जी कमाइया तेरिया मेरे बाबा जी कमाइया तेरिया होइया भुला बख्श लेनिया जी वाहिगुरु जी का खालसा वाहिगुरु की फतेह वाहिगुरु बाबा जी दरबार विच पहुंच चुके ने बाबा रविंदर सिंह जी बाबा जी दे नाल ही समा लाउणगे हुण बाबा जी आप कृपा करनगे जिन्ना चिर बाबा जी साजां ते हुंदे ने उन्ना चिर सतनाम दा वाजा चलो बाबा जी हुक्म कीता बाबा रविंदर सिंह नूं हुण बाबा रविंदर सिंह जी तखाण बाद वाले जिन्हां ने बाबा कुंदन सिंह महापुरखां दे चरणां च रह करके बेअंत खुशियां लईआं वो अपना समा लाउणगे धन गुरु नानक वाहिगुरु जी सतनाम पर्वत मेरा ओला राम हो वारी वन्या तू पर्वत मेरा ओला राम हो वारी वंदा कोली वंदा हो वारी वंदा कोली वंदा
Oh,
ਪੁਰਸ਼ਾਂ ਦਾ ਸਮਾਂ ਸਾਡੇ ਅਤਿ ਸਤਿਕਾਰਯੋਗ ਬਾਬਾ ਜੀ ਧੰਨ ਧੰਨ ਪਿਆਰੇ ਬਾਬਾ ਕੁੰਦਨ ਸਿੰਘ ਜੀ ਦੇ ਬਹੁਤ ਹੀ ਪਿਆਰੇ ਬਾਬਾ ਜੀ ਦੇ ਚਰਣਾਂ 'ਚ ਰਹਿ ਕੇ ਬਾਬਾ ਜੀ ਦੇ ਇੱਕ ਇੱਕ ਬਚਨ ਨੂੰ ਸੱਤ ਕਰਕੇ ਮੰਨਿਆ, ਇੱਕ ਇੱਕ ਬਚਨ ਨੂੰ ਬਾਬਾ ਜੀ ਦੇ ਰੱਬ ਦਾ ਹੁਕਮ ਜਾਣ ਕੇ ਮੰਨਿਆ। ਇੱਕ ਬੇਨਤੀ ਕਰਾਂਗਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਜਿਹੜੀ ਜੋਤ ਸੀ ਨਾ, ਜਿਹੜੀ ਬਖਸ਼ਿਸ਼ ਸੀ ਦਰਗਾਹੀ, ਉਹ ਭਾਈ ਲਹਿਣੇ ਦੇ ਵਿੱਚ ਟਿਕਾਈ ਸੀ ਅਤੇ ਭਾਈ ਲਹਿਣੇ ਨੂੰ ਅੰਗਦ ਕੀਤਾ, ਆਪਦਾ ਅੰਗ ਬਣਾ ਲਿਆ। ਅਤੇ ਮਹਾਰਾਜ ਨੇ ਬਚਨ ਕੀਤੇ ਵੀ ਮੇਰੇ ਵਿੱਚ ਅਤੇ ਲਹਿਣੇ ਵਿੱਚ, ਇਸ ਅੰਗਦ ਵਿੱਚ ਕੋਈ ਫਰਕ ਨਾ ਸਮਝੇ, ਜਿਹੜਾ ਸਾਡੇ ਦੋਵਾਂ 'ਚ ਫਰਕ ਸਮਝੇਗਾ ਉਹ ਪਾਪਾਂ ਦਾ ਭਾਗੀ ਹੋਏਗਾ। ਜੋਤ ਉਹਾ ਜੁਗਤ ਸਾਏ ਸੈ ਕਾਇਆ ਫੇਰ ਪਲਟੀ ਹੈ। ਕਹਿੰਦੇ ਇੱਕ ਸਮਾਂ ਉਹ ਆਇਆ, ਗੁਰੂ ਅੰਗਦ ਦੇਵ ਜੀ ਗੱਦੀ 'ਤੇ ਬੈਠੇ ਨੇ ਅਤੇ ਭਾਈ ਬਾਲਾ ਜੀ ਉਹਨਾਂ ਨੂੰ ਚੌਰ ਕਰ ਰਹੇ ਨੇ। ਭਾਈ ਬਾਲਾ ਜੀ ਚੌਰ ਕਰ ਰਹੇ ਹੈ ਅਤੇ ਚੌਰ ਕਰਦੇ ਕਰਦੇ ਭਾਈ ਬਾਲਾ ਜੀ ਨੇ ਇੱਕ ਮਨ ਦੇ ਵਿੱਚ ਸਵਾਲ ਆਇਆ, ਸ਼ੰਕਾ ਆਈ ਅਤੇ ਉਹਨਾਂ ਨੇ ਬੇਨਤੀ ਕਰ ਲਈ ਗੁਰੂ ਅੰਗਦ ਦੇਵ ਜੀ ਅੱਗੇ ਵੀ ਸੱਚੇ ਪਾਤਸ਼ਾਹ ਇੱਕ ਬੇਨਤੀ ਹੈ ਕਿ ਮੇਰੇ ਮਨ 'ਚ ਬਹੁਤ ਚਿਰ ਦਾ ਇਹ ਵਿਚਾਰ ਆਉਂਦਾ ਹੈ, ਆਪ ਕਿਰਪਾ ਕਰਕੇ ਮੈਨੂੰ ਸਮਰਥ ਬਖਸ਼ੋ ਸੱਚੇ ਪਾਤਸ਼ਾਹ। ਅਤੇ ਗੁਰੂ ਅੰਗਦ ਦੇਵ ਜੀ ਕਹਿੰਦੇ, ਬਾਲਾ ਜੀ ਮਹਾਂਪੁਰਖੋ ਪੁੱਛੋ ਕੀ ਪੁੱਛਣਾ। ਅਤੇ ਭਾਈ ਬਾਲਾ ਜੀ ਪੁੱਛਣ ਲੱਗੇ, ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮੇਰੇ ਮਨ 'ਚ ਨਾ ਇਹ ਸਵਾਲ ਹੈ ਵੀ ਤੁਸੀਂ ਵੀ ਉਸ ਗੁਰੂ ਨਾਨਕ ਦੀ ਸੇਵਾ ਕੀਤੀ, ਮੈਂ ਵੀ ਉਸੇ ਗੁਰੂ ਨਾਨਕ ਦੀ ਸੇਵਾ ਕੀਤੀ ਹੈ, ਤੁਸੀਂ ਵੀ ਉਸੇ ਰੱਬ ਦੀ ਸੇਵਾ ਕੀਤੀ ਜਿਹਦੀ ਮੈਂ ਕੀਤੀ ਹੈ ਸੇਵਾ, ਪਰ ਮੇਰੇ ਮਨ 'ਚ ਇਹ ਸਵਾਲ ਹੈ ਕਿ ਸੇਵਾ ਹੀ ਤੁਸੀਂ ਕੀਤੀ, ਸੇਵਾ ਹੀ